रहमानुरहीम अस्सलामु अलैकुम वेख रहे तुसी अपना करनाणा चैनल ते मैं तुहाडा मेज़बान हाजी इरफान भरावां वास्ते रोजाना की नवी की नवी वीडियो लैके आवी ते इंशाल्लाह उम्मीद करना कि वीडियो तुहाडे पसंद आउंदी है तुसी लाइक भी करदे हो शेयर भी करदे हो। सब तो पहला अपने चैनल को करना सबसक्राइब ते बैल आइकन का बटन जरूर दबाना ताकि साडी नवी वीडियो जिहड़ी है तुहाडे तक आसानी पहुंच सके। वीडियो इस तरह जी बना लगा जिला तहसील गुजरांवाला पिंड मरालीवाला मरालीवाला ना लिया बाखूबी तुसी वाकफ हो जो ते मेहर मोहम्मद अफजल उन्हां दी वीडियो तुसी वेखदे आंदे हो पे पिछली वीडियो भी वेखी है अज फिर हफ्ते बाद फिर वीडियो सिलसिलेवार बनती है पी और इसे डेट नू इसे वार नू वीडियो जिहड़ी है ना डेट ते चेंजिंग होंदी रहनी है ना वार जिहड़ा वीडियो बनती रहे इंशाल्लाह सोमवार दी ये उन्होंने कहा। बाकी अल्लाह पाक सारे भरावां नू खुश रखे सेहत दे जी डंगर उन्होंने आते ने जी जू दे पिछली बारी वह बंदा जांगली जिहड़ा आया सी उन्हें मुलाकात भी की है भरावां दे सामने भी होया सारी गल बात जी मैं मेहर मोहम्मद अफजल पिंड मराली मराली वाला हुसन सिटी दे नाल चढ़दे वाले साइड ते शेहूपुरे रोड ते ठीक है जी जिला तहसील गुजरांवाला अस्सलाम वालेकुम जी। वालेकुम सलाम मेहर साहब की हाल है जी भाई साहब अल्लाह ओसे खिलाफ ठीक हो जी सब अच्छा है। पिछली वीडियो जेडी ओ डंगर जेडे लाए 4-5 जी भाई साहब ओ किथे किथे गए ने डंगर कोई याद है कि पहुंच गए भाई साहब एक भाई साहब जी भूरी मैं जे ना जी ए भूरी मैं हुन भी मजे लेंदी है मेरे भरा चंगी तरह तसल्ली कर लेना ਇਹ ਨਾ ਕਿਨਕ ਯਾਰ ਪੀਲੀ ਬੂਰੀ ਸਾਨੂੰ ਫਿਰ ਵਹਾ ਛੜੀ ਹੈ ਜੀ ਜੀ ਠੀਕ ਹੈ ਉਹ ਭਾਜੀ ਗੰਦੀ ਫੈਸਲਾਬਾਦ ਜਿਹੜਾ ਨਾ ਭਾਈ ਆਸਾ ਫਿਰ ਸੌਖ ਤਰੀਕਾ ਤੋਂ ਸਹੀ ਹੈ ਜੇ ਸੁਣਦੇ ਨੇ ਪੇਤੇ ਠੀਕ ਹੈ 2 ਲੱਖ ਤੇ ਆਪਣਾ 54,000 ਦੀ ਮੈਂ ਸਭ ਕੰਦੀ ਉਹ ਸਹੀ ਹੈ ਠੀਕ ਹੈ 3 ਮੱਝਾਂ ਕੰਦੀਆਂ ਨੇ ਚਾਚਾ ਨਜ਼ੀਰ ਅਲੇ ਆਪਣਾ ਕਲਾਸ ਕੇ ਚੱਠੇ ਤੋਂ ਕਲਾਸ ਕੇ ਚੱਠਾ ਕਲਾਸ ਕੇ ਚੱਠਾ ਠੀਕ ਹੈ ਸੋਰੀ ਉਹ ਜਿਹੜਾ ਭਾਈ ਆਸਾ ਵੀ ਉਹ ਕਵੇਤ ਹੈ ਇਹ ਭਾਈ ਆਮਰ ਸ਼ਹਜ਼ਾਦੇ ਦਾ ਬੱਚਾ ਸੌਖ ਤਰੀਕਾ ਤੋਂ ਜੀ ਜੀ ਠੀਕ ਹੈ ਭਾਈ ਸਾਰੇ ਦੇ ਨੇ ਭਾਈ ਅਮਰ ਨੇ ਹਾਜੀ ਸਾਹਿਬ ਤੁਹਾਨੂੰ ਸਲਾਮ ਆਖਿਆ ਵਾਲੇਕਮ ਸਲਾਮ ਜੀ ਅੱਲਾ ਪਾਕ ਦੀ ਉਹਨਾਂ ਨੂੰ ਮੇਰੀ ਤਰਫੋਂ ਵੀ ਤੇ ਸਲਾਮ ਹੋਵੇ ਤੇ ਅੱਲਾ ਪਾਕ ਉਹਨਾਂ ਦੀ ਜ਼ਿੰਦਗੀ ਕਰੇ ਅੱਲਾ ਪਾਕ ਉਹਨਾਂ ਨੂੰ ਖੁਸ਼ ਰੱਖੇ ਹਾਜੀ ਸਾਹਿਬ ਨੇ ਵੀ ਤੁਹਾਨੂੰ ਸਲਾਮ ਆਖਿਆ ਜੀ ਵਾਲੇਕਮ ਸਲਾਮ ਹਾਜੀ ਸਾਹਿਬ ਮੇਰੀ ਤਰਫੋਂ ਮੇਰੀ ਟੀਮ ਦੀ ਤਰਫੋਂ ਹਾਜੀ ਸਾਹਿਬ ਨੂੰ ਵੀ ਸਲਾਮ ਜੀ ਜੀ ਭਾਈ ਸਾਜਦ ਨੇ ਵੀ ਆਖਿਆ ਜੀ ਮੇਰਾ ਖੁਸ਼ੀ ਸਲਾਮ ਹਾਜੀ ਸਾਹਿਬ ਨੂੰ ਦੇਣਾ ਜੀ ਭਾਈ ਸਾਜਦ ਸਾਡੀ ਤਰਫੋਂ ਵੀ ਤੁਹਾਨੂੰ ਸਲਾਮ ਜੀ ਸਲਾਮ ਤੁਹਾਡਾ ਪਹੁੰਚ ਗਿਆ ਬੜੀ ਮਿਹਰਬਾਨੀ ਅੱਲਾ ਪਾਕ ਪਹੁੰਚ ਰੱਖੇ ਇੱਕ ਮਾਰੀ ਕੱਲੀ ਹਾਜੀ ਸਾਹਿਬ ਜਿਹੜੀ ਇਹਦੇ ਵਿੱਚ ਚਵਾਈ ਥੋੜੀ ਜਿਹੀ ਲਾਈ ਪਾਈ ਸੀ ਚਲੋ ਭਾਈ ਮੇਰੇ ਨਰਾਜ਼ ਨਾ ਹੋਣ ਮੈਂ ਚਵਾਈ ਨਹੀਂ ਪਾਉਂਦਾ ਉਹ ਜੇ ਮੇਰੀਆਂ ਮਰਜ਼ਾਂ ਇਨਸ਼ਾਅੱਲਾ ਜਿਹੜਾ ਮੈਂ ਦੁੱਧ ਦੱਸਾਂਗਾ ਜੇ ਪੂਰਾ ਨਾਲ ਤੇ ਮੈਂ ਜ਼ਿੰਮੇਦਾਰ ਹੋਵਾਂਗਾ ਜੀ ਇਨਸ਼ਾਅੱਲਾ ਠੀਕ ਹੈ ਉਹ ਮੱਝ ਗਈ ਹਾਜੀ ਸਾਹਿਬ ਸਿਆਲਕੋਟ ਸਿਆਲਕੋਟ ਹਾਂਜੀ ਭਾਈ ਨਾਸਰ ਸਾਹਿਬ ਨੇ ਜੀ ਠੀਕ ਹੈ ਇੱਕ ਮੱਝ ਗਈ ਹੈ ਹਾਜੀ ਸਾਹਿਬ ਇੱਥੇ ਆਪਣਾ ਜਿਹੜਾ ਨਾ ਵੰਡੋ ਵੰਡੋ ਜੀ 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 ਠੀਕ ਹੈ 5 ਮਈ ਸਨ ਹਾਜੀ ਸਾਹਿਬ ਜੀ ਤੇ ਇਹ ਮੇਰੇ ਕੋ ਮਹਿਮਾਨ ਯਾਨੀ ਕਿ 5 ਵਿਕੀਆਂ ਦੇ ਗਏ ਹਾਂ ਜੀ ਹਾਜੀ ਸਾਹਿਬ ਮਾਸ਼ਾਅੱਲਾ ਆ ਜਾ ਜਿਹੜੇ ਮਹਿਮਾਨ ਬੈਠੇ ਨੇ ਨਾ ਵੀ ਕੋਈ ਖਰੀਦੀ ਹੈ ਜੀ ਹਾਜੀ ਸਾਹਿਬ ਇਹਨਾਂ ਨੇ ਜਿਹੜਾ ਨਾ ਮੱਝ ਇੱਕ ਖਰੀਦੀ ਹੈ ਚਲੋ ਉਹ ਐਂਡ ਤੇ ਵਾਹ ਸ਼ੁਰੂ ਕਰੀਏ ਜੀ ਜੀ ਹਾਜੀ ਸਾਹਿਬ ਬਿਸਮਿਲ੍ਲਾ ਜੀ ਮਾਜ ਨੰਬਰ 1 ਜੀ ਬੂਰੀ ਜੀ ਅਸਗਰ ਮਾਜ ਰਾਮ ਰਾਜੀ ਕਰ ਤੁਹਾਨੂੰ ਦੱਸੀ ਭਰਾ ਇੰਨੇ ਟੋਰਨੀ ਸਕੂਨ ਨਾਲ ਤੇ ਮਾਜ ਨੰਬਰ 1 ਜੀ ਹਾਂ ਜੀ ਭਾਈ ਅਫਜ਼ਲ ਸਾਹਿਬ ਬਣਾਓ ਹਮਾਜ ਜਰਾ ਜੀ ਹਾਜੀ ਸਾਹਿਬ ਪਹਿਲਾਂ ਬਣਾ ਮੱਝੇ ਪਹਿਲਾਂ ਪਹਿਲਾਂ ਹਾਂ ਜੀ ਹਾਜੀ ਸਾਹਿਬ ਮਾਸ਼ਾਅੱਲਾ ਮਾਜ ਦਾ ਥਾਂ ਦੇਖੋ लेकिन मज जीडा ज्यादा ला जाए मीह देगा जीडा ना अपना दिहाड़े 16-17 ला जाए2,35,000 ਛੋਟੀ ਪਹਿਲਣ ਮੂੰਹ ਦੀ ਛਿੱਗੀ ਜੀ ਦਿਹਾੜੇ ਸੀਲ ਸੌ ਅੱਜ ਸਾਹਿਬ ਸੀਲ ਸੌ ਪੈ ਪੂਰੀ ਹਾਂਜੀ
ਅੱਛਾ ਜੀ 2,35,000 35,000 ਖੋਲੋ ਜੀ ਅੱਗੇ ਅਸਗਰ ਸਾਹਿਬ ਮਾਜ ਨੰਬਰ 2 ਉਹ ਡੰਗਰ ਖੋਲ ਕੇ ਦੇ ਕਰੇ ਤੁਸੀਂ ਉਪਾਲ ਲੈ ਕਰੇ ਦਾ ਇਤਰਾ ਨੂੰ ਜੀ ਮਾਜ ਨੰਬਰ 2 ਤੂੰ ਇੱਥੇ ਕੁੰਡਾ ਦੇ ਖਲੋ ਇੱਥੇ ਖਲੋ ਜਾਣਾ ਜਿਹੜੇ ਡੰਗਰ ਦੂਜਾ ਲਿਆਉਂਦਾ ਉਹ ਇਸ ਤਰ੍ਹਾਂ ਖੋਲ ਲਿਆਉਂਦਾ ਠੀਕ ਹੈ ਅੱਗੇ ਟੋਰੋ ਜੀ ਮਾਜ ਬਿਸਮਿਲਲਾ ਭਾਈ ਸਾਹਿਬ ਮਾਸ਼ਾਅੱਲਾ ਜਿਹੜਾ ਨਾ ਸਿੰਘ ਵੇਖੋ ਮਾਜ ਦਾ ਜੀ ਛੋਟੀ ਹਾਂਜੀ ਮੂੰਹ ਵੇਖੋ ਮਾਸ਼ਾਅੱਲਾ ਜਿਹੜਾ ਨਾ ਛੋਟੀ ਜਿਹੀ ਬੁੱਧੀ ਆਈ ਸਾਹਿਬ ਇਹ ਸੂਣ ਵਾਲੀ ਹਾਂਜੀ ਸੂਣ ਵਾਲੀ ਆਈ ਸਾਹਿਬ ਸਹੀ ਹੈ ਚੋਗੀ ਚਿੱਗੀ ਨਹੀਂ ਆਈ ਸਾਹਿਬ ਆਪਣਾ ਜਿਹੜਾ ਨਾ ਕੰਨੀਆਂ ਪੂਰੀਆਂ ਕਰਦੀ ਹੈ ਚਿੱਗੀ ਹਾਂਜੀ 6 ਹਾਂਜੀ ਠੀਕ ਹੈ ਕਿੰਨੇ ਕੁ ਦਿਹਾੜੇ ਵੀ ਕੱਢ ਲਈਏ ਦਿਹਾੜੇ ਆਈ ਸਾਹਿਬ ਐਜ ਵੀ ਜਿਹੜਾ ਨਾ 12 ਤੋਂ 13 ਦਿਹਾੜਾ ਕੱਢੇਗੀ ਤਕਰੀਬਨ 12 ਦੀ 13 ਦਿਨ 12 ਤੋਂ 13 ਦਿਨ ਕੱਢੇਗੀ ਝੋਟੀ ਪੈ ਲੈਣੀ ਚਿੱਗੀ ਮੂੰਹ 12 ਦੀ 13 ਦਿਨ ਇਹ ਵੀ ਕੱਢ ਜੇ ਜੀ ਅਗਲੀ ਗੱਲਬਾਤ ਜਿਹੜੀ ਉਹ ਤੁਸੀਂ ਨੰਬਰ ਜਿਹੜਾ ਲੱਗਿਆ ਜ਼ਿਲ੍ਹਾ ਜ਼ਿਲ੍ਹਾ ਗੁਜਰਾਂ ਜ਼ਿਲ੍ਹਾ ਤਹਿਸੀਲ ਗੁਜਰਾਂ ਵਾਲਾ ਮਰਾਲੀ ਵਾਲਾ ਪਿੰਡ ਹੈ ਜਨਾਬ ਸ਼ੇਹਪੁਰੇ ਰੋਡ ਤੇ ਹੁਸਨ ਸਿਟੀ ਹੈ ਜੀ ਹੁਸਨ ਸਿਟੀ ਦੇ ਨਾਲ ਜੀ ਜੀ ਗੱਲ ਸੁਣਾਓ ਛੋਟੀ ਦੀ ਜੀ ਭਾਈ ਸਾਹਿਬ 2,30,000 ਦੀ ਸਭ ਛੁੱਟੀ ਦੇ ਦਿਆਂਗੇ 2,30,000 ਦੀ 2,30,000 ਜੀ ਹਾਂਜੀ ਮਾਸ਼ਾਅੱਲਾ 2,30,000 ਅੱਗੇ ਲਿਆਓ ਜੀ ਮਾਜ ਨੰਬਰ 3 ਵੱਡੀ ਹਾਂਜੀ ਮਾਜ ਨੰਬਰ 3 ਮਾਜੇ ਪੱਕੀ ਦੂਸਰੀ ਹਾਂਜੀ ਅੱਜ ਸਭ ਤੀਸਰੀ ਚੁਆਈ ਕਰਨੀ ਹੈ ਜੀ ਜਿਸ ਮੇਰਾ ਭਰਾ ਦਿਲ ਕਰਿਆ 16 ਕਿਲੋ ਆ ਗਿਆ ਜਿਹੜਾ ਦੁੱਧ ਚੋਲਾ ਦੇ ਬੋਲੇ ਦਾ ਸਹੀ ਹਾਂਜੀ 16 ਕਿਲੋ ਹਾਂਜੀ ਬੋਲਾ ਸਭ ਬੱਚਾ ਚਾਓ ਜੀ ਆਪਣਾ ਮਗਰ ਕੱਟੀ ਆਈ ਸਾਹਿਬ ਜੀ ਸੁਬਾ ਦੂਸਰਾ ਮਾਜ ਦਾ ਹਾਂਜੀ ਕੱਟਾ ਜੀ ਫੇਰ ਵਾਣੀ ਇੱਥੇ ਲੈ ਕੇ ਆ ਜਰਾ ਯਾਰ ਲੈ ਕੇ ਜਾ ਕੈਮਰਾ ਸਾਹਿਬ ਜਰਾ ਮੱਝ ਬਹੁਤ ਬੜਾ ਫੇਰ ਜਰਾ ਸਾਨੂੰ ਦੇਖੋ ਪਾਵਰ ਆ ਲੱਗਾ ਮਾਸ਼ਾਅੱਲਾ ਅੱਛਾ ਬਾਜ ਦੀ ਜਨਾਬ ਨਸਲ ਜਿਹੜੀ ਹੈ ਉਹ ਭਰਾ ਜਾਣਦੇ ਨੇ ਹਾਂਜੀ ਮਹਿਰ ਸਾਹਿਬ ਅਸੀਂ ਤੇ ਜਾਣਦੇ ਹਾਂ ਨਹੀਂ ਨਹੀਂ ਮੇਰੇ ਭਰਾ ਵੀ ਮੇਰੇ ਮਾਂ ਬੋਲਣ ਦੇ ਆਈ ਸਾਹਿਬ ਤੇ ਨਾਸੀ ਤਾਂ ਪੁੱਛਣਾ ਜੂ ਹਾਂਜੀ ਠੀਕ ਹੈ ਬਾਕੀ ਉਹ ਵੀ ਤਾਂ ਪੁੱਛਿਆ ਜਿਹੜਾ ਬੰਦਾ ਪਿਛਲੀ ਵਾਰੀ ਆਇਆ ਮੁਲਾਕਾਤ ਦੇ ਨਾਲ ਨਾ ਸਾਹਿਬ ਜੇ ਕੋ ਬੰਦਾ ਆ ਕੇ ਮਾਂ ਜਿਹਨੇ ਕੋਈ ਮਾਰ ਦੇਣਾ ਮਾਂ ਡਰਦੀ ਹੈ ਗੱਲ ਬੰਨ ਦਿਓ ਬੰਨ ਦਿਓ ਠੀਕ ਹੈ ਹਾਂਜੀ ਰਾਮ ਰਾਮ ਜੀ ਅੱਛਾ ਮਾਂ ਜਿਹੜੀ ਵਹਾ ਕੱਤੀ ਹੈ ਅੱਲਾ ਪਾ ਖੈਰ ਕਰੇ ਭਰਾਵਾਂ ਦੇ ਪਸੰਦ ਹੋਈ ਨਾ ਮੈਂ ਸਭ ਦਾ ਮਾਂ ਬਹੁਤ ਨੇੜੇ ਹੋਵੇ ਤੇਰਾ ਜੀ ਹਿਸਾਬ ਕਿਤਾਬ ਇਹਦਾ ਕੀ ਦੱਸਿਆ ਜੇ 3,00,000 ਤੇ 20,000 ਵੀ ਹੈ ਸਾਹਿਬ 16 ਕਿਲੋ ਗਰੰਟੀ ਨਾਲ ਦੁੱਧ 3,20,000 3,20,000 ਲਿਆਓ ਜੀ ਰਾਮ ਬੜਿਆ ਮਾਜ ਨੰਬਰ ਲਿਆ ਕੇ 4 ਮਾਜ ਨੰਬਰ 4 ਜੀ ਹਾਂਜੀ ਇਹ ਚੱਪੀ ਲਿਆਓ ਜੀ ਨਹੀਂ ਯਾਰ ਨਹੀਂ ਇਹ ਮਾਜ ਲਿਆਓ ਮਾਜ ਨੰਬਰ 4 ਯਾਰ ਚਾਰ ਨੰਬਰ ਮਾਜ ਲਿਆਓ ਹਾਂ ਜੀ ਮਹਿਰ ਸਾਹਿਬ ਖੋਲ ਲਓ ਦੇ ਜੀ ਮਾਜ ਨੰਬਰ 4 ਜੀ ਜੀ ਦੂਜੇ ਸੂਬੇ ਹਾਈ ਸਾਹਿਬ ਜੀ ਮਾਜ ਦੂਜੇ ਸੂਏ ਹਾਂਜੀ ਕੱਲ ਆਪਣਾ ਹਾਈ ਸਾਹਿਬ ਕੱਲ ਮੈਂ ਸੂਈ ਹੈ ਕੱਲ ਹਾਜੀ ਸਾਹਿਬ ਰਾਮ ਰਾਮ ਕੱਲ ਸੂਈ ਹੈ ਮਾਜ ਹਾਂਜੀ ਕੱਲ ਹਾਈ ਸਾਹਿਬ ਠੀਕ ਹੈ ਮਗਰ ਬੱਚਾ ਕੀ ਸੂ ਬੱਚਾ ਮਗਰ ਇਹਦਾ ਕੱਟਾ ਹਾਈ ਸਾਹਿਬ ਮਗਰ ਕੱਟਾ ਹਾਂਜੀ ਕੱਟਾ ਮਗਰ ਕੱਟਾ ਕੱਲ ਸੂਈ ਹੈ ਸੁਬਾ ਦੂਜਾ ਜੀ ਜੀ ਦੂਜਾ ਸੁਬਾ ਸਾਹਿਬ ਕਿੰਨਾ ਕੁ ਬੋਲਾ ਚੋਇਆ ਜੀ ਬੋਲਾ ਹਾਈ ਸਾਹਿਬ ਜੀ ਦਾ 6 ਕਿਲੋ ਚੋਇਆ ਅਸੀਂ ਤਾਂ ਜਿਹੜੇ 20 ਕਿਲੋ ਚੋਇਆ ਜਾਂ 15 ਕਿਲੋ ਚੋਇਆ ਗੱਲ ਹੀ ਕੋਈ 6 ਕਿਲੋ ਬੋਲਾ ਚੋਇਆ ਹਾਈ ਸਾਹਿਬ 6 ਕਿਲੋ ਦੂਜਣ ਹਾਂਜੀ ਦੂਜਣ ਪੱਕੀ ਪੱਕੀ ਮਗਰ ਕੱਟਾ ਜੀ 6 ਕਿਲੋ ਬੋਲਾ ਉਹਨਾਂ ਆਖਿਆ ਜੀ ਚੋਇਆ ਕੋਈ ਪਤਾ ਨਹੀਂ ਅੱਗੂ ਅੱਲਾ ਪਾਕ ਖੈਰ ਕਰੇ ਗੱਲ ਨਸੀਬਾ ਦੀ ਹਾਂਜੀ ਬਿਲਕੁਲ ਦੁੱਧ ਪੁੱਤਰ ਨਸੀਬ ਦਾ ਹਾਂਜੀ ਮਹਿਰ ਜੀ ਗੱਲ ਸੁਣਾਓ ਮਾਜ ਨੰਬਰ 4 2,40,000 ਹਾਈ ਸਾਹਿਬ 2,40,000 2,40,000 ਰੁਪਿਆ ਲਿਆਓ ਜੀ ਅੱਗੇ ਮਾਜ ਨੰਬਰ ਅੱਗੇ ਆ ਗਈ 5 ਖੋਲ ਪੁੱਤਰ ਮਾਜੇ ਨੂੰ ਛੱਡ ਦੇ ਗੋਏ ਨੂੰ ਰਹਿਣ ਦਿਓ ਮਾਜ ਨੰਬਰ 5 ਜੀ ਮਾਜ ਨੰਬਰ 5 6 ਪਾਣੀ ਹੈ ਮਜਾ 7 ਹੈ ਸਾਹਿਬ 7
सुई कदू ये तीसरा दिन सुहा की है सुहा दूसरा हिस्सा पक्का दूसरा किन्ना को दूध सू ਹਾਂਜੀ ਸਾਹਿਬ ਦੁੱਧ ਜਿਹੜਾ ਜਿਹੜਾ ਨਾ 15 ਕਿਲੋ ਪੱਕਾ ਦੇਵਾਂਗੇ ਇਨਸ਼ਾਅੱਲਾ ਬੌਲੇ ਤੇ ਦੇਵਾਂਗੇ 15 ਕਿਲੋ ਹਾਂਜੀ ਸੂਆ ਦੂਸਰਾ ਹਾਂਜੀ ਦੂਸਰਾ ਜੀ ਜਨਵਨ ਦੂਸਰਾ ਦੂਸਰਾ ਮਗਰ ਕੱਟਾ ਕੱਟੀਏ ਕੱਟਾ ਮਗਰ ਕੱਟਾ ਹੈ ਸਾਹਿਬ ਕੱਟਾ ਕੱਟਾ ਠੀਕ ਹੈ ਟੋਰੋ ਜੀਗਾ ਹਾਂਜੀ ਗੱਲ ਸੁਣਾਓ ਜੀ ਮਾਜ ਦੀ ਜ਼ਿਲ੍ਹਾ ਤਹਿਸੀਲ ਗੁਜਰਾ ਵਾਲਾ ਪਿੰਡ ਮਰਾਲੀ ਵਾਲਾ ਮਹਿਰ ਮੁਹੰਮਦ ਅਫਜ਼ਲ ਹਾਂ ਜੀ ਮਹਿਰ ਸਾਹਿਬ ਗੱਲ ਸੁਣਾਓ 2,75,000 ਦੀ ਸਭ ਝੂਟੀ ਦੇ ਦਿਆਂਗੇ 2,75,000 ਦੀ 2,75,000 ਦੀ ਠੀਕ ਹੈ ਮਹਿਰ ਸਾਹਿਬ ਜੀ 2,75,000 ਪਿੱਛੇ ਹੋ ਨਹੀਂ ਰਿਹਾ ਭਾਈਆ ਬੰਦ ਜੀ ਲਿਆਓ ਜੀ ਕਿ ਮਾਈ ਨੰਬਰ ਲਿਆਓ 5 ਹਾਂ ਜੀ 6 ਜੀ 6 बटन जी बटन वाओ जरा मेहर साहब चौकी चौकी असगर वे हां चौकी पिछले वंगा चंगा होंगे लाना भी चाहिए खास करके पहलन हर बंदा जो भरा सुनते वीडियो जो वेचते ने माल कोशिश करेगा पहलन मां वंगा लाग जाए वंगा एक बड़ा अच्छा लाज है डंगर का जेवर है वह लाना चाहिए कट्टी अपना चोटी की गल सुनाओ जी चौकी की जी हाई साहब चो अपना मुल कर भावे जिडी साहब हाई साहब झूठी सोहनी है ना जी भावे 3,00,000 करनी है लेकिन 2,20,000 रुपया हाई साहब 2,20,000 2,20,000 रुपया मगर कट्टा जी हाँ जी लियाओ जी अगे माए नंबर हाजी साहब बोले थे लिया जी मुड़िया माए नंबर 7 हाँ जी माए नंबर 7 जी गोवाल हाजी साहब आखिरी हाँ जी आखिरी चौथा ला लो वेरी गुड पता नहीं आ जा भी नहीं पता चौथा पंजवा बिलकुल ठीक सुन आई नहीं जी सब सुई है कदू दी हाजी साहब बोले दे मगर बच्चा की सू मगर बच्चा अपना कट्टा मुलाकात करने माज किथे जानिया गा टमर जी असगर माज मेरा भरा माज विखाओ एक बार फिर उन्होंने गल बात करने जिला तहसील गुजरा वाला जी पिंड मराली वाला मेहर मुहम्मद अफजल आओ जी माज विखा के मगर की बच्चा कट्टी कट्टा कट्टी है कट्टी है आओ जी उरा माशाल्लाह की ना है फिजान उल्ला भाई फिजान उल्ला वीडियो कदों दी वेखदे हो करनाणा चैनल अगे भी डंगर कोई चैनल ते खरीदे आज जी किदे कोल अच्छा किन्ने दी लई जमाज 2,45,000
2,00,000 2,45,000 ਦੀ ਮਾਝ ਤੁਸੀਂ ਲੈ ਲਈਏ, ਚੋ ਵੀ ਲਈਏ, ਤੁਸੀਂ ਪਸੰਦ ਕਰ ਲਈਏ, ਤਸੱਲੀ ਕਰ ਲਈਏ, ਠੀਕ ਹੈ ਜੀ। ਅੱਲਾ ਪਾਕ ਜੀ ਤੁਹਾਨੂੰ ਇਹ ਮਾਝ ਚੁਗਣੀ ਨਸੀਬ ਕਰੇ ਤੇ ਅੱਲਾ ਪਾਕ ਤੁਹਾਡੇ ਹੱਕ ਵਿੱਚ ਨਫੇ ਵਾਲੀ ਕਰੇ। ਸਭ ਦੁੱਧ ਵੀ ਪੁੱਛੋ ਕਿੰਨਾ ਹੈ, ਕਿੰਨਾ ਦੁੱਧ ਜੀ? 6 ਕਿਲੋ ਜੇ ਦੱਸਿਆ ਵੀ ਉਹਨਾਂ ਨੇ ਫੋਨ ਤੇ ਦੱਸਿਆ ਜੇ ਘੱਟ ਤੇ ਸਾਡੇ ਨਾਲ ਗੱਲ ਕਰ ਤਰੇ ਹੱਥਾਂ ਦਾ ਜੀ ਬਿਲਕੁਲ ਇੱਕ ਟਾਈਮ ਦਾ 6 ਕਿਲੋ 6 ਕਿਲੋ ਕੱਚੀ ਮੱਝ ਆਈ ਸਾਹਿਬ ਵਾਲੇ ਜੀ ਮਾਸ਼ਾਅੱਲਾ ਕੱਚੀ ਹੈ ਮਾਝ ਕੱਟੀ ਹੈ ਮਗਰ ਬਾਕੀ ਵੀ ਜਨਾਬ ਇਹਦੀਆਂ ਮੱਝਾਂ ਡੱਕੇ ਜਾਂ ਕੋਨੀ ਉਹ ਤੁਹਾਨੂੰ ਵੀ ਦਿਸਦਾ ਹੈ ਕਿ ਕੀ ਹਾਲ ਨੇ। ਬੜੀ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ, ਅੱਲਾ ਪਾਕ ਖੁਸ਼ ਰੱਖੇ। ਖੜੇ ਰਹੋ ਇੱਥੇ ਹੀ ਭਰਾ ਸਾਰੇ, ਨਾਰਾ ਮਾਰ ਲਿਆ ਇਧਰ ਆਓ ਜੀ ਮਹਿਰ ਸਾਹਿਬ ਤੁਸੀਂ। ਅੱਛਾ ਮਹਿਰ ਸਾਹਿਬ ਕੋਈ ਹੋਰ ਪੈਗਾਮ ਕੋਈ ਮੈਸੇਜ? ਨਹੀਂ ਭਾਈ ਸਾਹਿਬ, ਮੈਂ ਸਾਰੇ ਭਰਾਵਾਂ ਨੂੰ ਇਹ ਗੱਲ ਰੱਖਾਂਗਾ ਕਿ ਮਾਲ ਨਾਲ ਭਾਈਆਂ ਨੂੰ ਜਿਹੜੇ ਜਿਹੜੇ ਵੀ ਸਾਰੇ ਆਪਣਾ ਚੈਨਲ ਤੁਹਾਡੇ ਤੇ ਆ ਰਹੇ ਨੇ ਸਾਰੇ ਭਾਈ ਨੇ ਸਾਡੇ। ਵੇਖੋ ਮੁਕੱਦਰ ਬਤ ਲੈਣਾ ਬੰਦੇ ਨੇ ਜੀ, ਨਸੀਬ ਠੀਕ ਹੈ ਬਿਲਕੁਲ। ਲੇਕਿਨ ਵੇਖੋ ਮੇਰੇ ਭਰਾ ਬੜੀ ਬੜੀ ਦੂਰ ਤੱਕ ਆਉਂਦੇ ਨੇ, ਲੇਕਿਨ ਜਿਹੜੀ ਗੱਲ ਦੱਸਣ ਨਾ ਖਰੀ ਨਾ ਖਰੀ ਦੱਸਣ ਖੋਟੀ ਨਾ ਦੱਸਣ। ਵੈਰੀ ਗੁੱਡ। ਵੇਖੋ ਬੰਦਾ ਪਤਾ ਨਹੀਂ ਕਿਸ ਤਰੀਕੇ ਨਾਲ ਪੈਸੇ ਵਿਚਾਰਾ ਲਿਆਉਂਦਾ, ਕੋਈ ਬਾਹਰ ਬੈਠਾ ਕੋਈ ਇੱਥੇ ਬੈਠਾ, ਲੇਕਿਨ ਜਿਹੜੀ ਨਾ ਗੱਲ ਕਲੀਅਰ ਕਰਨ, ਜੇ ਦੁੱਧ 10 ਕਿਲੋ ਹੋਏ ਤੇ 8 ਕਿਲੋ ਦੱਸਣ, 12 ਕਿਲੋ ਨਾ ਦੱਸਣ। ਵੈਰੀ ਗੁੱਡ। ਮੈਨੂੰ ਭਾਈ ਹੋਰਾਂ ਕਮੈਂਟ ਕੀਤੇ ਨੇ ਵਿੱਚ ਕਿ ਮਹਿਰ ਸਾਹਿਬ ਤੁਹਾਡੀਆਂ ਮੱਝਾਂ ਜਿਹੜੀਆਂ ਨੇ ਨਾ ਤੁਸੀਂ ਆਉਂਦੇ ਹੋ 12-12 ਕਿਲੋ 15-15 ਕਿਲੋ ਦੁੱਧ, ਠੀਕ ਹੈ। ਮੈਂ ਭਾਈ ਹੋਰਾਂ ਨੂੰ ਇਸ ਗੱਲ ਦਾ ਮੈਂ ਚੈਲੰਜ ਹੀ ਨਹੀਂ ਕਰਦਾ, ਵੇਖੋ ਚੈਲੰਜ ਕਰਨਾ ਹੀ ਨਹੀਂ ਕਰਦਾ ਚੈਲੰਜ ਨਾ ਭਾਈ, ਆਪਣਾ ਅਫਜ਼ਲ ਸਾਡਾ ਭਰਾ ਨੇ, ਹਾਂਜੀ ਉਹ ਖੁਸ਼ ਰਹਿਣਾ ਭਾਵੇਂ 6 ਕਿਲੋ ਆ ਜੀ। ਲੇਕਿਨ ਮੈਂ ਇਨਸ਼ਾਅੱਲਾ ਮੈਂ ਮੇਰੀਆਂ ਮੱਝਾਂ ਜੂਦੀਆਂ ਨੇ, ਲੇਕਿਨ ਮੈਂ ਭਰਾਵਾਂ ਨੂੰ ਇਹ ਗੱਲ ਨਾ ਕਿ ਅੱਗੇ ਵੀ ਜਾਂਦਾ ਤੇ ਹੁਣ ਵੀ ਜਾਂਦਾ, ਜੇ ਮੇਰੀਆਂ ਮੱਝਾਂ ਕੋਈ ਭਰਾ ਸਾਬਤ ਕਰੇ ਕਿ ਮੱਝਾਂ ਜੂਦੀਆਂ ਨਹੀਂ, ਉਹਨੂੰ ਮੈਂ ਮੱਝ ਨਾਲ ਮੱਝ ਦਿਆਂਗਾ, ਭਾਵੇਂ 10 ਬੰਦਾ ਤੇ ਭਾਵੇਂ 10,000 ਬੰਦਾ ਲੈ ਆਉਣ ਮੇਰੇ ਕੋਲ। ਸਹੀ ਮਾਸ਼ਾਅੱਲਾ ਠੀਕ ਹੈ ਜੀ। ਲਓ ਜੀ ਅਗਲੀ ਗੱਲ, ਉਹ ਵੀਡੀਓ ਤੇ ਵੇਖ ਕੇ ਤੁਸੀਂ ਨੰਬਰ ਲੱਗਿਆ ਗੱਲਬਾਤ ਕਰ ਲੈਣੀ ਹੈ। ਇਨਸ਼ਾਅੱਲਾ ਉਮੀਦ ਕਰਨਾ ਕਿ ਵੀਡੀਓ ਤੁਹਾਡੇ ਪਸੰਦ ਆਵੇ ਜੀ। ਅਗਲੀ ਵੀਡੀਓ ਦੇ ਨਾਲ ਫਿਰ ਮੁਲਾਕਾਤ ਕਰਨੇ ਆ। ਅੱਲਾ ਸੋਹਣੇ ਦੇ ਵਾਲੇ ਰੱਬ ਰੱਖਾ। ਪਾਕਿਸਤਾਨ ਜ਼ਿੰਦਾਬਾਦ।